तू होता है कपड़े दस जल्दी जाओ कपड़े तू अब वीडियो तुम मनवाओ कपड़े पर एक मिनट आराम से राम 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 अब पैंट उतार भाई पैंट उतार पैंट के कपड़े अनर्थ हो रहे ने एक बच्चे ने अगर यानी रंजीत सिंह दे अगेंस्ट कोई उथे कोई गल कीती है थोड़ी जी तू मैं ये तीन चार दिन पहले तो ओदा हाल देखो अज की हो रहा वे उस बच्चे ने दो हाथ जोड़ के सोशल मीडिया ते माफी भी मंगी है ਉਹਨੂੰ ਅੱਜ ਕਿਸੇ ਜਗ੍ਹਾ ਤੇ ਬੁਲਾ ਕੇ ਔਰ ਇੰਨਾ ਮਾਰਿਆ ਵੇ ਇਹ ਬਿੰਨੀ ਦੀ ਇਸ ਟਾਈਮ ਹਾਲਤ ਦੇਖੋ ਕੀ ਹੈ ਔਰ ਉਸ ਜਿਸ ਜਿਨ੍ਹਾਂ ਬੰਦਿਆਂ ਨੇ ਮਾਰਿਆ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਨੂੰ ਫੋਨ ਕਰਕੇ ਸਪੀਕਰ ਫੋਨ ਤੇ ਜਿਵੇਂ ਕਿ ਬਿੰਨੀ ਜੀ ਕਹਿ ਰਹੇ ਨੇ ਬਿੰਨੀ ਕੋਹਲੀ ਕਹਿ ਰਿਹਾ ਜਿਵੇਂ ਤੇ ਸਪੀਕਰ ਫੋਨ ਤੇ ਗੱਲ ਕਰਕੇ ਕਿਹਾ ਜੀ ਇਹਨੂੰ ਕੁੱਤਿਆਂ ਆਂਗਣ ਮਾਰੋ ਇਸ ਨੂੰ ਕੁੱਤਿਆਂ ਆਂਗਣ ਬਣਾ ਦਿਓ ਤੇ ਜਦੋਂ ਮੈਂ ਇਹਨੂੰ ਰਾਤੀ 9 ਵਜੇ ਮੇਰੇ ਆਫਿਸ ਵਿੱਚ ਪੇਸ਼ ਕਰੋ ਜਦੋਂ ਮੈਂ ਬਿੰਨੀ ਨੂੰ ਫੋਨ ਕੀਤਾ ਤੇ ਬਿੰਨੀ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਸੀ ਔਰ ਬਿੰਨੀ ਨੇ ਜਿਹੜੇ ਸ਼ਬਦ ਕਹੇ ਨੇ ਮੈਨੂੰ ਬੜਾ ਬੜਾ ਦੁੱਖ ਲੱਗਿਆ ਜੇ ਵਾਕਈ ਉਹ ਸ਼ਬਦ ਜੋ ਕਹਿਣ ਅਗਰ ਹੋ ਜਾਂਦਾ ਤੇ ਸਾਡੀ ਸਾਰੀ ਸਿੱਖ ਕੌਮ ਵਾਸਤੇ ਲਾਹਨਤ ਹੈਗੀ ਹੈ ਉਸਨੇ ਕਿਹਾ ਜੀ ਮੈਂ ਹੁਣੇ ਜਾ ਰਿਹਾ ਮੈਂ ਵਾਲ ਕਟਾਉਣ ਮੈਂ ਕੇਸ ਕਟਾਉਣ ਜਾ ਰਿਹਾ ਮੈਂ ਵੀ ਕਟਾ ਰਿਹਾ ਵਾਲ ਮੈਂ ਵਾਲ ਕਟਾ ਰਿਹਾ ਹੁਣ ਇਹ ਸਾਡੇ ਵਾਲ ਕਟਾ ਰਿਹਾ ਸਾਡਾ ਬੱਚੇ ਨੂੰ ਗੁਰਦੁਆਰੇ ਭੇਜਣ ਦਾ ਕੀ ਫਾਇਦਾ ਅਗਰ ਸਾਡੇ ਬੱਚੇ ਉਸ ਤੇ ਇੰਨਾ ਐਕਸ਼ਨ ਲਿੱਤਾ ਗਿਆ ਇੰਨੇ ਗੰਦੇ ਤਰੀਕੇ ਨਾਲ ਮੂੰਹ ਚ ਪਿਸਟਲ ਪਾ ਕੇ ਬੱਚੇ ਦੇ ਪੂਰੇ ਕੱਪੜੇ ਉਤਾਰ ਕੇ ਗੰਦੀ ਵੀਡੀਓ ਬਣਾਈ ਗਈ ਹੈ ਬੱਚੇ ਦੀ ਔਰ ਉਸ ਤੋਂ ਬਾਅਦ ਭਾਈ ਸਾਹਿਬ ਜੀ ਨਾਲ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਹੋਰ ਇਹਨੂੰ ਮਾਰੋ ਉਹਨਾਂ ਨੂੰ ਪੂਰਾ ਮਾਰੋ ਮੈਂ ਅੱਜ ਜਦੋਂ ਮੈਨੂੰ ਇਹ ਸਾਰੀ ਸਾਹਿਬ ਜੀ ਨੂੰ ਮੰਨਦਾ ਸੀ ਅੱਜ ਮੇਰਾ ਗੁਰੂ ਪ੍ਰਤੀ ਵਿਸ਼ਵਾਸ ਹੋ ਨਹੀਂ ਨਹੀਂ ਜਦੋਂ ਮੈਨੂੰ ਇਹ ਗੱਲ ਸਾਰੀ ਪਤਾ ਚੱਲੀ ਮੈਂ ਉਸ ਵੇਲੇ ਓਮਕਾਰ ਸਿੰਘ ਰਾਜਾ ਨੂੰ ਫੋਨ ਕੀਤਾ ਮੈਂ ਉਸ ਵੇਲੇ ਓਮਕਾਰ ਸਿੰਘ ਰਾਜਾ ਨੂੰ ਫੋਨ ਕੀਤਾ ਓਮਕਾਰ ਸਿੰਘ ਰਾਜਾ ਨੂੰ ਮੈਂ ਕਿਹਾ ਜੀ ਇਹ ਦਿੱਲੀ ਕਮੇਟੀ 'ਚ ਹੋ ਕੀ ਰਿਹਾ ਵੇ ਖਾਨਦਾਨ ਲੈ ਕੇ ਆਓ ਹਾਂ ਸਾਡੇ ਗੁਰਦੁਆਰੇ ਲੈ ਕੇ ਆਓ ਮੇਰੇ ਆਫਿਸ 'ਚ ਪੂਰੇ ਖਾਨਦਾਨ ਨੂੰ ਉਹ ਇੱਥੇ ਆ ਕੇ ਪੂਰਾ ਖਾਨਦਾਨ ਮੇਰੇ ਕੋਲ ਮਾਫੀ ਮੰਗੇ ਇਹ ਰਣਜੀਤ ਸਿੰਘ ਦੇ ਵਰਡ ਹੈਗੇ ਨੇ ਮੈਨੂੰ ਓਮਕਾਰ ਸਿੰਘ ਰਾਜਾ ਕਹਿੰਦੇ ਜੀ ਦਿੱਲੀ ਕਮੇਟੀ ਦੀ ਇੱਕ ਹਫ਼ਤੇ ਦੀ ਛੁੱਟੀ ਕਿਸ ਵਾਸਤੇ ਜੀ ਹਰਮੀਤ ਸਿੰਘ ਕਾਲਕਾ ਦੇ ਮੁੰਡੇ ਦਾ ਵਿਆਹ ਹੈ ਮੈਂ ਕਿਹਾ ਜੀ ਅਗਰ ਇੱਕ ਹਫ਼ਤੇ ਵਾਸਤੇ ਅਗਰ ਕਮੇਟੀ ਛੁੱਟੀ ਉਹਦਾ ਵਿਆਹ ਹੈ ਤਾਂ ਇਹਦਾ ਮਤਲਬ ਤੁਸੀਂ ਗੁੰਡਾ ਰਾਜ ਬਣਾ ਦੋਗੇ ਕੋਈ ਰੋਕਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਅਗਰ ਕਿਸੇ ਨੇ ਆਵਾਜ਼ ਚੁੱਕੀ ਤਾਂ ਉਹਨੂੰ ਜੱਲਾ ਜਿਵੇਂ ਜਾਨਵਰਾਂ ਦੀ ਤਰ੍ਹਾਂ ਮਾਰਿਆ ਜਾਏਗਾ ਜਦਕਿ ਉਸਨੇ ਮੁੰਡੇ ਨੇ ਮਾਫ਼ੀ ਮੰਗੀ ਹੈ ਔਰ ਇਹਦੀ ਕੋਈ ਸ਼ੱਕ ਨਹੀਂ ਗਿਆਨੀ ਰਣਜੀਤ ਸਿੰਘ ਨੇ ਜੋ ਇਸ ਟਾਈਮ ਆਤੰਕ ਮਚਾ ਰੱਖਿਆ ਹੈ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕੋਈ ਛੁੱਪੀ ਹੋਈ ਗੱਲ ਨਹੀਂ ਹੈ ਮੇਰੇ ਪਾਪਾ ਨੂੰ ਫੋਨ ਕਰਕੇ ਕਹਿ ਰਿਹਾ ਪੂਰੇ ਪਰਿਵਾਰ ਨੂੰ ਗੁਰਦੁਆਰੇ ਲੈ ਕੇ ਆਓ ਔਰ ਚੱਡਾ ਸਾਹਿਬ ਨੂੰ ਫੋਨ ਕੀਤਾ ਚੱਡਾ ਸਾਹਿਬ ਨੇ ਕਿਹਾ ਕਿ ਉਹ ਕਹਿ ਰਿਹਾ ਕਿ ਤੁਸੀਂ ਇੱਥੇ ਆ ਜਾਓ ਕੋਈ ਸੁਣਾਈ ਨਹੀਂ ਹੈ ਪੂਰਾ ਖਾਨਦਾਨ ਮਾਫੀ ਮੰਗੇ ਮਾਰੇ ਪਗੜੀ ਰੋਲ ਕੇ ਸ਼ਹਿਰ ਨਾਲ ਐਵੇਂ ਸੁੱਤੀ ਹੈ ਪਗੜੀ ਮੇਰੀ ਰਾਮ ਨੇ ਇਹ ਇਹਨਾਂ ਦਾ ਬਿੰਨੀ ਕੋਹਲੀ ਦਾ ਸਾਰਾ ਪਰਿਵਾਰ ਉਹਨਾਂ ਦੇ ਫਾਦਰ ਉਹਨਾਂ ਦੇ ਮਦਰ ਸਾਰੇ ਉਹਨਾਂ ਦੇ ਸਿਸਟਰ ਸਾਰੇ ਇੱਥੇ ਹੈਗੇ ਨੇ ਪਹਿਲੇ ਰਜੌਰੀ ਗਾਰਡਨ ਪੁਲਿਸ ਸਟੇਸ਼ਨ ਗਏ ਨੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਤਿਲਕ ਨਗਰ ਲਗੇ ਨੇ ਤਿਲਕ ਨਗਰ ਵਾਲਿਆਂ ਨੇ ਮਨਾ ਕਰਤਾ ਹੁਣ ਇਸ ਟਾਈਮ ਸੁਭਾਸ਼ ਨਗਰ ਪੁਲਿਸ ਚੌਕੀ ਤੇ ਆਏ ਨੇ ਇੱਥੇ ਵੀ ਕੋਈ ਸੁਣਨ ਨੂੰ ਤਿਆਰ ਨਹੀਂ ਤਕਰੀਬਨ 2-2.5 ਘੰਟੇ ਹੋ ਗਏ ਨੇ ਇਸ ਗੱਲ ਨੂੰ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਬਈ ਇਹ ਜੋ ਗੁੰਡਾਗਰਦੀ ਹੋ ਰਹੀ ਹੈ ਇਸ ਨੂੰ ਰੋਕਿਆ ਜਾਵੇ ਰੱਬ ਦਾ ਵਾਸਤਾ ਇਹਨੇ ਰੋਕਿਆ ਜਾਵੇ ਨਹੀਂ ਤੇ ਜੋ ਇਸ ਟਾਈਮ ਹਾਲਾਤ ਸਿੱਖੀ ਦੇ ਬਣੇ ਹੋਏ ਨੇ ਇਸ ਟਾਈਮ ਇਹਨਾਂ ਨੇ ਸਿੱਖੀ ਦਾ ਬੀਜ ਹੀ ਖਤਮ ਕਰ ਦੇਣਾ ਜਿਵੇਂ ਸਾਡੇ ਲੀਡਰ ਆਗੂ ਹੈਗੇ ਨੇ ਆਪਣੇ ਰਾਜਨੀਤਿਕ ਫਾਇਦਿਆਂ ਵਾਸਤੇ ਆਪਣੀਆਂ ਲੀਡਰੀਆਂ ਵਾਸਤੇ ਇਹ ਦੇਖੋ ਕੀ ਹਾਲ ਕਰਦਾ ਇੱਕ ਬੱਚੇ ਦਾ ਮੈਂ ਕਹਿੰਦਾ ਠੀਕ ਹੈ ਅਗਰ ਉਹਨੇ ਕੋਈ ਗੁਨਾਹ ਕੀਤਾ ਤਾਂ ਉਹਦਾ ਮਤਲਬ ਅਗਰ ਉਸਨੇ ਕੋਈ ਗਲਤ ਕੀਤਾ ਵੈਸੇ ਤਾਂ ਕੀਤਾ ਜਾਂ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚਲਾਓਗੇ 10 ਬੰਦਿਆਂ ਨੇ ਮਿਲ ਕੇ ਮਾਰਿਆ ਮੈਨੂੰ ਔਰ ਮੈਨੂੰ ਕਹਿ ਰਹੇ ਨੇ ਤੇਰੇ ਪਿੱਛੇ ਬੱਬਰ ਖਾਲਸਾ ਦੇ ਵੀ ਬੰਦੇ ਪਏ ਹੋਏ ਨੇ ਤੈਨੂੰ ਜਾਨ ਤੋਂ ਮਾਰ ਦਾਂਗੇ ਤੇਰੇ ਪੂਰੇ ਪਰਿਵਾਰ ਨੂੰ ਮਾਰ ਦਾਂਗੇ